ਹਾਂਜੀ ਸਾਥੀਓ, ਮੈਂ ਤੁਹਾਡੀ ਆਪਣੀ ਸਿੰਗਰ ਪ੍ਰਿਆ ਬੰਗਾ। ਬਹੁਤ ਜਲਦੀ ਅਸੀਂ ਇੱਕ ਟਰੈਕ ਲੈ ਕੇ ਹਾਜ਼ਰ ਹੋ ਰਹੇ ਹਾਂ ਜਿਹਦਾ ਨਾਮ ਹੈ ਬੇਗਮਪੁਰਾ ਏਡ। ਸਰਦਾਰ ਰਾਮ ਸਿੰਘ ਜੀ ਮੇਂਗੜਾ ਹੁਣੀ ਏਕ ਨਹੀਂ ਅਨੇਕ ਕਾਰਜ ਜਿਹੜੇ ਆ ਸਮਾਜ ਭਲਾਈ ਦੇ ਲਈ ਕੀਤੇ ਹੋਏ ਆ। ਚਾਹੇ ਯੂਕਰੇਨ ਦੀ ਗੱਲ ਕਰੀਏ, ਚਾਹੇ ਸ਼੍ਰੀਲੰਕਾ, ਪਾਕਿਸਤਾਨ, ਇਕੱਲੇ ਭਾਰਤ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਨੇ ਸਮਾਜ ਭਲਾਈ ਦੇ ਕੰਮ ਕੀਤੇ ਹੋਏ ਔਰ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਜਿਹੜਾ ਆ ਲਫ਼ਜ਼ਾਂ 'ਚ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ, ਪਰ ਕੋਸ਼ਿਸ਼ ਕੀਤੀ ਆ ਸਾਡੇ ਬਹੁਤ ਹੀ ਰਿਸਪੈਕਟਡ ਪੰਮਾ ਬਖਲੌਰੀ ਭਾਅ ਜੀ ਹੁਣੀ, ਜਿਨ੍ਹਾਂ ਨੇ ਅਨੇਕਾਂ ਰਚਨਾਵਾਂ ਸੁਪਰ ਡੁਪਰ ਹਿੱਟ ਰਚਨਾਵਾਂ ਦਿੱਤੀਆਂ ਆ ਸਮਾਜ ਨੂੰ, ਔਰ ਇਸ ਗੀਤ ਨੂੰ ਪੰਮੇ ਬਖਲੌਰੀਏ ਭਾਅ ਜੀ ਹੁਣੀ ਲਿਖਿਆ ਆ, ਪ੍ਰੈਜੈਂਟੇਸ਼ਨ ਕੀਤਾ ਆ ਸਾਡੇ ਮੇਰੇ ਵੱਡੇ ਵੀਰ ਐਸ ਪੀ ਭੌਰੀਆ ਜੀ ਹੁਣੀ, ਸਤਪਾਲ ਭੌਰੀਆ ਜੀ ਹੁਣੀ, ਉਹਨਾਂ ਦੀ ਦੇਖ ਰੇਖ ਦੇ ਹੇਠ ਇਹ ਪੂਰਾ ਪ੍ਰੋਜੈਕਟ ਤਿਆਰ ਹੋਇਆ ਆ। ਮਿਊਜ਼ਿਕ ਕੀਤਾ ਆ ਮੇਰੇ ਵੱਡੇ ਭਾਅ ਜੀ ਬੀਟ ਬ੍ਰੇਕਰ ਦੇ ਬੈਨਰ ਹੇਠ ਇਸ ਟਰੈਕ ਦਾ ਜਿਹੜਾ ਆ ਮਿਊਜ਼ਿਕ ਰੈਡੀ ਹੋਇਆ ਆ ਸਾਰਾ। ਆਵਾਜ਼ ਤੁਹਾਡੀ ਆਪਣੀ ਛੋਟੀ ਭੈਣ ਪ੍ਰਿਆ ਬੰਗਾ ਦੀ ਆ, ਔਰ ਟਾਈਟਲ ਹੈਗਾ ਆ ਬੇਗਮਪੁਰਾ ਏਡ। ਸੋ ਤੁਸੀਂ ਸਾਰਿਆਂ ਨੇ ਪਿਆਰ ਦੇਣਾ ਆ, ਸਤਿਕਾਰ ਦੇਣਾ ਆ। ਵਿਦ ਇਨ ਡੇਜ਼ ਦੇ ਵਿੱਚ ਆਪਾਂ ਤੁਹਾਨੂੰ ਇਹਦੀ ਡੇਟ ਵੀ ਜਿਹੜੀ ਆ ਰਿਲੀਜ਼ਿੰਗ ਡੇਟ ਵੀ ਦੱਸ ਦੇਣੀ ਆ। ਸਾਡੇ ਰਵੀ ਵਿਰਦੀ ਜੀ ਹੁਣੀ, ਭਾਅ ਜੀ ਹੁਣੀ, ਸਾਡੀ ਪੂਰੀ ਟੀਮ ਜਿਹੜੀ ਆ ਰਾਜੂ ਬਖਲੌਰੀ ਭਾਅ ਜੀ ਹੁਣੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਪੈਸ਼ਲ ਥੈਂਕ ਯੂ ਸਤਪਾਲ ਭੌਰੀਆ ਜੀ ਔਰ ਰਾਮ ਸਿੰਘ ਮਿੰਗੜਾ ਜੀ ਔਰ ਬੇਗਮਪੁਰਾ ਏਡ ਦੀ ਪੂਰੀ ਟੀਮ ਦਾ, ਜਿਨ੍ਹਾਂ ਨੇ ਇਹ ਜਿਹੜਾ ਆ ਗੀਤ ਨੂੰ ਮੇਰੀ ਆਵਾਜ਼ ਦੇਣ ਦਾ ਮੈਨੂੰ ਮੌਕਾ ਦਿੱਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਲਦੀ ਆਪਾਂ ਇਸ ਟਰੈਕ ਨੂੰ ਰਿਲੀਜ਼ ਕਰਨਾ। ਕੀਪ ਸਪੋਰਟਿੰਗ, ਕੀਪ ਵਾਚਿੰਗ, ਨੀਡ ਯੂਅਰ ਬਲੈਸਿੰਗਸ ਆਲਵੇਜ਼। ਥੈਂਕ ਯੂ ਸੋ ਮਚ ਜੀ।